हाँ जी, ये जिहड़ा बीते दिनी सुरजीत कौर जिहड़े 70 साल दे बजुर्ग लेडी सी तफजलपुरा दे विच, उन्हां दा जिहड़ा हैगा घरे डेड बॉडी मिली सी सानू खून दे नाल लथपथ। तां इहदे संबंध दे विच असीं अर्बन स्टेट थाणा वल्लों FIR नंबर 5-302 दे तहत लॉज कीती गई सीगी। ਇਹ ਜਿਹੜੀ FIR ਅਸੀਂ ਲੌਜ ਕੀਤੀ ਸੀਗੀ, ਇਹਦੀ ਤਫਤੀਸ਼ ਕਰਦੇ ਹੋਏ ਅੱਜ ਅਸੀਂ ਜਿਹੜੀ ਹੈਗੀ ਸਾਡੀ ਅਰਬਨ ਸਟੇਟ ਥਾਣਾ ਦੀ ਟੀਮ ਵੱਲੋਂ, ਸਿਟੀ 2 ਸਬ ਡਿਵੀਜ਼ਨ ਵੱਲੋਂ, SSP ਸਾਹਿਬ ਅਤੇ SP ਸਿਟੀ ਸਾਹਿਬ ਦੀ ਜਿਹੜੀ ਹੈਗੀ ਹੈ ਡਾਇਰੈਕਸ਼ਨਸ ਦੇ ਅੰਡਰ ਕਾਰਵਾਈ ਕਰਦੇ ਹਾਂ। ਇਹ ਗੁੱਥੀ ਨੂੰ ਸੁਲਝਾ ਲਿਆ ਗਿਆ। ਇਸ ਗੁੱਥੀ ਨੂੰ ਸੁਲਝਾਉਣ ਤੋਂ ਬਾਅਦ ਜੋ ਗੱਲ ਸਾਹਮਣੇ ਆਈ ਹੈ, ਇਹ ਕਤਲ ਉਸਦੀ ਨੂੰਹ ਦੁਆਰਾ ਕੀਤਾ ਗਿਆ, ਨਿਰਮਲ ਕੌਰ ਵੱਲੋਂ। ਜਿਹੜੀ ਨਿਰਮਲ ਕੌਰ ਹੈ ਉਸਦੀ ਨੂੰਹ ਹੈ, ਉਹਦੇ ਵੱਲੋਂ ਕੱਪੜੇ ਧੋਣ ਵਾਲੀ ਥਾਪੀ ਦੇ ਨਾਲ ਜਿਹੜੀ ਬਜ਼ੁਰਗ ਮਾਤਾ ਦਾ ਜਿਹੜਾ ਹੈਗਾ ਕਤਲ ਕੀਤਾ ਗਿਆ ਸੀਗਾ। ਕਾਰਨ ਕਿਉਂ ਜੀ? ਕੁਛ ਘਰ ਦੇ ਵਿੱਚ ਥੋੜ੍ਹਾ ਵਾਦ ਵਿਵਾਦ ਚੱਲਦਾ ਸੀਗਾ, ਉਸ ਦਿਨ ਕੁਛ ਵੱਧ ਗਿਆ। ਸੁਰਜੀਤ ਕੌਰ ਜਿਹੜੀ ਆਪਣੀ ਇਹ ਹੈ ਨਿਰਮਲ ਕੌਰ ਹੈ, ਇਹ ਆਪਣੇ ਜੋ ਹੈ ਗੁੱਸੇ 'ਤੇ ਤੋਂ ਕਾਬੂ ਨਹੀਂ ਹੋਇਆ ਅਤੇ ਉਹ ਲੜਦੇ ਹੋਏ ਮਾਤਾ ਜਿਹੜੀ ਹੈਗੀ ਹੈ ਇਹਦੇ ਤੋਂ ਧੱਕਾ ਵਗੈਰਾ ਵਜਾ, ਧੱਕਾ ਮੁੱਕੀ ਦੇ ਵਿੱਚ ਮਾਤਾ ਪਹਿਲਾਂ ਬੈੱਡ ਦੇ ਨਾਲ ਸਿਰ ਵੱਜਿਆ, ਉੱਥੇ ਖੂਨ ਲਥਪਥ ਹੋ ਗਈ। ਤਾਂ ਇਹਨੂੰ ਡਰ ਸੀਗਾ ਕਿ ਕਿਤੇ ਜਿਹੜਾ ਹੈਗਾ ਹੋਰ ਜਿਹੜਾ ਮੇਰੇ 'ਤੇ ਕੋਈ ਕਾਰਵਾਈ ਨਾ ਹੋਵੇ। ਉਹ ਇਹਨੇ ਦੇਖਿਆ ਨਹੀਂ ਉਸ ਚੀਜ਼ ਨੂੰ ਕਿ ਮੈਂ ਇਸ ਤੋਂ ਵੱਡਾ ਜਿਹੜਾ ਹੈਗਾ ਗੁਨਾਹ ਕਰਨ ਜਾ ਰਹੀ ਹਾਂ। ਇਹਨੇ ਪਾਥੀ ਚੱਕੀ ਅਤੇ ਉਸ ਲੜਾਈ ਦੇ ਦੌਰਾਨ ਮਾਤਾ ਦੇ ਸਿਰ ਦੇ ਵਿੱਚ ਕਈ ਪਾਥੀਆਂ ਮਾਰੀਆਂ ਅਤੇ ਮੂੰਹ ਦੇ ਉੱਤੇ ਸਿਰ ਦੇ ਉੱਤੇ, ਜਿਹਦੇ ਨਾਲ ਮਾਤਾ ਦਾ ਜਿਹੜਾ ਹੈਗਾ ਮੌਕੇ ਦੇ ਉੱਤੇ ਡੈਥ ਹੋ ਗਈ। ਜਦੋਂ ਤੁਸੀਂ ਉੱਥੇ ਸੀ, ਜਦੋਂ ਪੁਲਿਸ ਆਪਣਾ ਮੌਕੇ ਦੇ ਸੀ, ਜੋ ਜਿਸ ਦਿਨ ਵਰਤਦ ਹੋਈ ਹੈ, ਉਦੋਂ ਇਹਨੂੰ ਉੱਥੇ ਸੀ, ਨਾਲ ਮੌਜੂਦ ਸੀ ਤੁਹਾਡੇ ਨਾਲ ਉੱਥੇ? ਹਾਂਜੀ, ਉੱਥੇ ਮੌਜੂਦ ਸੀ। ਉਹ ਇਹਨਾਂ ਨੇ ਪੂਰੀ ਜਿਹੜੀ ਕਹਾਣੀ ਬਣਾਈ ਸੀਗੀ ਨਿਰਮਲ ਕੌਰ ਨੇ ਹੀ। ਜਦੋਂ ਅਸੀਂ ਮੌਕੇ 'ਤੇ ਪਹੁੰਚਿਆ ਤਾਂ ਇਹ ਕਹਿੰਦੇ ਸੀਗੇ ਮੈਂ ਗੁਰਦੁਆਰੇ ਗਈ ਸੀ ਅਤੇ ਪਿੱਛੋਂ ਕੋਈ ਸ਼ਾਇਦ ਲੁੱਟ ਖੋਹ ਦੀ ਉਹਦੇ ਨਾਲ ਫਿਰਾਕ ਨਾਲ, ਕਿਉਂਕਿ ਉਸ ਤੋਂ ਬਾਅਦ ਇਹਨੇ ਘਰ ਦੇ ਵਿੱਚ ਕੱਪੜੇ ਖੰਡਾ ਤੇ, ਕੁਛ ਆਪਣੇ ਅਲਮਾਰੀਆਂ ਦੇ ਵਿੱਚੋਂ ਕੁਛ ਉਹ ਕਰਤਾ, ਪੂਰਾ ਡਰਾਮਾ ਕ੍ਰੀਏਟ ਕੀਤਾ ਗਿਆ ਸੀਗਾ ਤਾਂ ਜੋ ਪੁਲਿਸ ਨੂੰ ਅਤੇ ਆਪਣੇ ਪਰਿਵਾਰ ਨੂੰ ਗੁੰਮਰਾਹ ਕੀਤਾ ਜਾਵੇ ਕਿ ਇਹ ਜਿਹੜਾ ਕਤਲ ਹੈ ਇਹ ਕੋਈ ਲੁੱਟ ਖੋਹ ਦੀ ਨੀਅਤ ਦੇ ਨਾਲ ਹੋਇਆ। ਨਿਰਮਲ ਕੌਰ ਦਾ ਹਸਬੈਂਡ ਹੈ, ਉਹ ਵੀ ਨਿਰਮਲ ਕੌਰ ਦੇ ਨਾਲ ਹੀ ਹੈ ਕਿ ਉਹ ਸਪੋਰਟ ਨਹੀਂ ਕਰ ਰਿਹਾ? ਮੈਡਮ, ਸਪੋਰਟ ਵਾਲੀ ਤਾਂ ਗੱਲ ਹੀ ਨਹੀਂ ਜੀ, ਤਾਂ ਕਤਲ ਹੈ ਜੀ ਇਹ ਤਾਂ। ਹੁਣ ਉਹਦੀ ਮਾਤਾ ਦਾ ਕਤਲ ਹੋਇਆ, ਉਹ ਤਾਂ ਕਤਲ ਹੋਇਆ, ਉਹ ਘਰੇ ਨਹੀਂ ਸੀਗਾ, ਘਰੇ ਦੋ ਜਣੀ ਸੀਗੇ। ਹਾਂਜੀ, ਅਰੈਸਟ ਕਰ ਲਿਆ ਗਿਆ। ਅਰੈਸਟ ਤੋਂ ਬਾਅਦ ਜਿਹੜਾ ਵਾਰਦਾਤ ਦੇ ਸਮੇਂ ਯੂਜ਼ ਕੀਤਾ ਗਿਆ ਵੈਪਨ ਹੈ, ਦੈਟ ਇਜ਼ ਪਾਥੀ, ਉਹ ਵੀ ਬਰਾਮਦ ਕਰ ਲਈ ਗਈ ਹੈ ਖੂਨ ਦੇ ਨਾਲ। ਸ਼ੱਕ ਕਿਵੇਂ ਹੋਇਆ? ਸ਼ੱਕ ਤਾਂ ਇਹ ਹੈ ਜੀ, ਜਦੋਂ ਹੁਣ ਸਾਡੀ ਤਫਤੀਸ਼ ਚੱਲਦੀ ਹੈ ਉਦੋਂ ਸਾਰਾ ਕੁਛ ਹੀ ਸਾਹਮਣੇ ਆ ਜਾਂਦਾ। ਠੀਕ ਹੈ, ਸਾਰੇ ਪਹਿਲੂਆਂ ਨੂੰ ਦੇਖਿਆ ਜਾਂਦਾ ਤਾਂ ਉਹਨਾਂ ਦੇ ਤਹਿਤ ਕਾਰਵਾਈ ਕਰਦੇ ਹਾਂ। ਇਹ ਗੱਲ ਬੜੀ ਸਾਨੂੰ ਕਲੀਅਰ ਹੋ ਗਈ ਸੀ ਕਿ ਸ਼ੱਕ ਤਾਂ ਸਾਨੂੰ ਪਹਿਲੇ ਦਿਨ ਤੋਂ ਹੀ ਸੀਗਾ, ਬਟ ਉਹ ਚੀਜ਼ ਨੂੰ ਕਵਰ ਕਰਦੇ ਹਾਂ ਕਿਉਂਕਿ ਪਰਿਵਾਰ ਨੂੰ ਅਸੀਂ ਜਿਹੜਾ ਹੈਗਾ ਉਹ ਚੀਜ਼ 'ਚ ਨਹੀਂ ਲੈ ਕੇ ਆਉਣ ਇਮੀਡੀਏਟਲੀ ਨਹੀਂ ਕਹਿਣਾ ਚਾਹੁੰਦੇ ਅਸੀਂ। ਜਦੋਂ ਆਪਣੇ ਪੱਕੇ ਪੈਰੀ ਹੋ ਗਏ, ਬੜੀ ਸਾਨੂੰ ਕਲੀਅਰ ਹੋ ਗਈ ਸੀ ਕਿ ਸ਼ੱਕ ਤਾਂ ਸਾਨੂੰ ਪਹਿਲੇ ਦਿਨ ਤੋਂ ਹੀ ਸੀਗਾ, ਬਟ ਉਹ ਚੀਜ਼ ਨੂੰ ਕਵਰ ਕਰਦੇ ਹਾਂ ਕਿਉਂਕਿ ਪਰਿਵਾਰ ਨੂੰ ਅਸੀਂ ਜਿਹੜਾ ਹੈਗਾ ਉਹ ਚੀਜ਼ 'ਚ ਨਹੀਂ ਲੈ ਕੇ ਆਉਣ ਇਮੀਡੀਏਟਲੀ ਨਹੀਂ ਕਹਿਣਾ ਚਾਹੁੰਦੇ ਅਸੀਂ ਜਦੋਂ ਆਪਣੇ ਪੱਕੇ ਪੈਰੀ ਹੋ ਗਏ ਸਾਰੀਆਂ ਚੀਜ਼ਾਂ ਦੇ ਉੱਤੇ, ਤਾਂ ਉਸ ਤੋਂ ਬਾਅਦ ਹੀ ਅਸੀਂ ਜਿਹੜਾ ਹੈਗਾ ਇਸ ਨਤੀਜੇ 'ਤੇ ਪਹੁੰਚੇ। ਐਂਡ ਮੋਰਓਵਰ, ਨਿਰਮਲ ਕੌਰ ਨੇ ਆਪਣੇ ਜਿਹੜਾ ਹੈਗਾ ਜੀਜੇ ਕੋਲ, ਯਾਨੀ ਕਿ ਉਹਦੀ ਨਨੰਦ ਦੇ ਹਸਬੈਂਡ ਕੋਲ, ਆਪਣਾ ਇਹਨਾਂ ਦਾ ਨਾਂ ਹੈਗਾ ਕੀ ਨਾਮ ਸੀ ਉਹਨਾਂ ਦਾ, ਗੁਰਪਾਲ ਸਿੰਘ, ਗੁਰਪਾਲ ਸਿੰਘ ਦੇ ਨਾਲ ਇਹਨੇ ਨੇ ਉੱਥੇ ਵੀ ਇਹਨੇ ਆਪਣਾ ਇਕਬਾਲ ਕਰ ਲਿਆ ਸੀਗਾ, ਉੱਥੇ ਵੀ ਗੱਲ ਕਰਕੇ ਇਸ ਜੁਰਮ ਦਾ ਇਕਬਾਲ ਰੋਕੇ ਕਰ ਲਿਆ ਸੀਗਾ ਕਿ ਇਸ ਜਿਹੜਾ ਕਤਲ ਹੈ ਵੀ ਮੇਥੋਂ ਇਹ ਚੀਜ਼ ਹੋ ਗਈ।